ਲਓ ਵੀ ਡਨ, ਪਹਿਲੀ ਬੋਣੀ ਹੋ ਚੁੱਕੀ ਆ ਇੱਧਰ ਵੀ। ਕਿਸੇ ਨੇ ਦਿੱਤਾ ਗਿਫਟ ਆ ਕੇ ਕਹਿੰਦੇ ਖਾ ਕੇ ਜਾਓ। ਆ ਨਾ ਸਾਡੇ ਦੋਸਤ ਹਟਦੇ ਨੀਗੇ, ਕੁਛ ਨਾ ਕੁਛ ਲਿਆਈ ਜਾਂਦੇ ਆ ਅਲੱਗ ਪਲੇਟ। ਹਰ ਸੀ ਲੋਕ ਸਬਸਕ੍ਰਾਈਬ ਕਰ ਲਿਓ ਬਾਈ। ਹਾਲ ਚਾਲ ਮੇਰੀ ਗੱਲ ਸਾਰੇ ਵਧੀਆ ਹੋਊਗਾ, ਆਪਾਂ ਨੂੰ ਪਤਾ ਘੰਟੇ ਦਿਨ ਦੇ ਘੰਟੇ ਕਹਿਣਾ ਮੈਂ ਜੀ। ਅਤੇ ਅੱਜ ਹੈਗੀ ਆ ਜੀ 14 ਤਰੀਕ, ਅਤੇ ਆਪਾਂ ਚੱਲੇ ਗੁਰਦੁਆਰਾ ਸਾਹਿਬ, ਫਿਰ ਤੁਹਾਨੂੰ ਮਿਲਦੇ ਆ ਕੇ। ਹਾਏ ਮਤਲਬ ਕੀ ਹਾਲ ਚਾਲ ਮੇਰੀ ਗੱਲ, ਤੁਸੀਂ ਸਾਰਿਆਂ ਨੂੰ ਵਧੀਆ ਹੋਵੋਗੇ ਅਤੇ ਆਪਸ ਨੂੰ ਪਤਾ ਘੰਟੇ ਹੁਣ ਅੱਧੇ ਘੰਟੇ ਰਹਿਣਾ ਵਾ ਜੀ। ਅਤੇ ਅੱਜ ਹੈਗੀ ਆ ਜੀ 14 ਫਰਵਰੀ 2024, ਅਤੇ ਅੱਜ ਹੈਗੀ ਆ ਜੀ ਪਹਿਲਾਂ ਤਾਂ ਬਸੰਤ ਪੰਚਮੀ, ਫਿਰ ਸੈਕਿੰਡ 'ਤੇ ਆ ਕੇ ਵੈਲੰਟਾਈਨ ਡੇ, ਅਤੇ ਥਰਡਲੀ ਆਪਣੇ ਕਾਲਜ ਵਿੱਚ ਹੈਗਾ ਅੱਜ ਫੰਕਸ਼ਨ, ਅਤੇ ਆਪਾਂ ਮੋਸਟਲੀ ਉਹਦੇ ਲਈ ਉੱਤੇ ਰੈਡੀ ਹੋਏ ਹਾਂ। ਅਤੇ ਪੀਲੀ ਪੱਗ ਤਾਂ ਬੰਨੀ ਆ ਵੀ ਮੰਮਾ ਕਹਿੰਦੇ ਵੀ ਅੱਜ ਹੈਗੀ ਆ ਬਸੰਤ ਪੰਚਮੀ, ਤਾਂ ਬੰਨ ਕੇ ਚੱਲ ਜਾ, ਕਦੇ ਬੰਨੀ ਨਹੀਂ ਪਹਿਲਾਂ ਵੀ। ਬਈ ਕਿੱਦਾਂ ਲਾਦੀ ਤੁਸੀਂ ਦੱਸਿਓ, ਰੰਗ ਤਾਂ ਕਾਲਾ ਹੀ ਲਾ ਦੋ ਹੁਣ। ਚਲੋ ਕੋਈ ਨਹੀਂ, ਇੱਧਰ LED ਲੱਗੀ ਆ ਉਹਦੇ ਕਰਕੇ ਸਾਫ਼ ਦਿਖਦਾ ਵਾ, ਅਤੇ ਚਲੋ ਕੋਈ ਨਹੀਂ, ਬੰਨਣੀ ਵੀ ਚਾਹੀਦਾ, ਹਰ ਰੰਗ ਬੰਨਣੇ ਚਾਹੀਦੇ ਨੇ। ਅਤੇ ਮੰਮਾ ਨੇ ਵੀ ਯੈਲੋ ਸਟੋਲ ਜਿਹਾ ਲਿਆ ਹੋਇਆ ਵਾ, ਅਤੇ ਮਤਲਬ ਇਹ ਬੰਨਣਾ ਹੁੰਦਾ ਜ਼ਰੂਰੀ ਹੁੰਦਾ ਵੀ ਰੰਗ ਬਿਨਾਂ। ਹਾਂ, ਤੇ ਤੁਹਾਨੂੰ ਸਾਰਿਆਂ ਨੂੰ ਬਸੰਤ ਪੰਚਮੀ ਦੇ ਬਹੁਤ ਬਹੁਤ ਵਧਾਈਆਂ ਹੋਣ। ਅਤੇ ਅੱਜ ਹੈਗਾ ਸਾਡੇ ਕਾਲਜ ਵਿੱਚ ਫੰਕਸ਼ਨ, ਅਤੇ ਆਪਾਂ ਮੋਸਟਲੀ ਉਹਦੇ ਲਈ ਬਲੌਗ ਬਣਾਇਆ, ਅਤੇ ਸਾਡੇ ਇੱਥੇ ਕਿੱਲਰ ਰੈਪਰ ਮਤਲਬ ਵੀ ਖੇਡਾਂ ਵੀ ਸੀਗੀਆਂ, ਅਤੇ ਨਹੀਂ ਜੀ ਉਹਦਾ ਵੀ ਬਲੌਗ ਆਉਣਾ ਸੀ, ਪਰ ਸਾਡਾ ਅੱਜ ਉੱਧਰ ਕੰਮ ਅੱਜ ਉੱਧਰ ਨਾ ਹੁੰਦਾ, ਫਿਰ ਆਪਾਂ ਤੁਹਾਨੂੰ ਉੱਧਰ ਲੱਗ ਬਲੌਗ ਦਿਖਾਉਣਾ ਸੀਗਾ। ਅਤੇ ਉੱਥੇ ਅੱਜ ਅੰਮ੍ਰਿਤ ਮਾਨ ਨੇ ਆਉਣਾ ਵਾ, ਅਤੇ ਕਿੱਲਰ ਰੈਪਰ ਆਪਣੇ, ਹਾਂ, ਅਤੇ ਅੰਮ੍ਰਿਤ ਮਾਨ ਨੇ ਆਉਣਾ। ਹੁਣ ਆਪਾਂ ਜ਼ਿਆਦਾ ਬਿਨਾਂ ਟਾਈਮ ਵੇਸਟ ਕੀਤੇ ਕਾਲਜ ਵਿੱਚ ਤੁਹਾਨੂੰ ਉੱਥੇ ਜਾ ਕੇ ਹੀ ਮਿਲਦੇ ਹਾਂ। ਲੈ ਵੀ ਮਿੱਤਰੋ, ਓਏ ਪੁੱਛਣ, ਕਿੰਨੇ ਰੁਪਏ ਦੀ ਸਟੋਲ ਲਈ ਆਪਾਂ? ਸਟੋਲ ਨੰਬਰ 11 ਜਾ ਦਿਓ ਸਾਰੇ ਜਣੇ, ਜਿਹਨੇ ਜਿਹਨੇ ਆਉਣਾ ਵਾ, ਅਤੇ ਉੱਧਰ ਆਪਣਾ ਸਮਾਨ ਪਿਆ ਵਾ, ਆਪਾਂ ਜਾ ਕੇ ਸਜਾਵਟ ਕਦੋਂ ਕਰਨੀ ਜਾ ਕੇ? ਬਸ ਚੱਲਦੇ ਆਉਣਾ, ਉਹਦੇ ਸਮਾਨ ਪਿਆ ਆਪਣਾ, ਫਿਰ ਆਹ ਸਜਾਵਟ ਕਰਦੇ ਹਾਂ। ਅਰੇ ਭੈਣੇ ਕਹਿੰਦੀ ਮੈਂ ਵੀ ਆਉਣਾ ਵਿੱਚ। ਹੈਲੋ ਕਰੋ ਸਾਰੇ ਜਣੇ, ਭੈਣੇ ਹੈਲੋ ਹੈਲੋ। ਬੰਦ ਕਰਕੇ ਲਓ ਵੀ, ਕਿੰਨ ਨੂੰ ਕਿਹਾ ਵੀ ਹੈ ਨਾ ਅਸੀਂ ਡਸਟਬਿਨ ਬਣਾ, ਅਤੇ ਉੱਧਰ ਇੱਕ ਡਸਟਬਿਨ ਬਣ ਗਿਆ, ਇਹਦੇ ਵਿੱਚ ਕੇਕ ਪਿਆ ਵਾ, ਅਤੇ ਉੱਧਰ ਸਾਡੇ ਮੋਮਸ ਵਗੈਰਾ ਪਏ ਨੇਗੇ। ਸਟਾਲ ਨੰਬਰ 11 'ਤੇ ਆ ਜਾਓ। ਵੈਸੇ ਹੁਣ ਜਦੋਂ ਤੱਕ ਵਲੌਗ ਆਉਣਾ ਉਦੋਂ ਤੱਕ ਤਾਂ ਪਤਾ ਨਹੀਂ ਕਿਹਨੇ ਆਉਣਾ ਕਿ ਨਹੀਂ ਆਉਣਾ, ਇਹ ਤਾਂ ਆਊਗੀ, ਬਸ ਇਹ ਆ ਜਾਓ, ਉਹੀ ਬਹੁਤ ਆ। ਠੀਕ ਆ, ਐਂਗੀ ਚੱਲ ਵਲੌਗ 'ਚ ਦੇਖਦੇ ਹਾਂ ਬਈ ਇਹਨੇ ਆਉਣਾ ਕਿ ਨਹੀਂ ਆਉਣਾ, ਦੇਖਦੇ ਹਾਂ। ਠੀਕ ਆ, ਹਾਂ ਚਲੋ, ਆਹ ਦੇਖੋ ਡਸਟਬਿਨ ਕਿਹਾ ਜਾ ਬਣਾਇਆ ਨੇ। ਲਓ ਵੀ ਡਨ, ਸਰ ਦੀ ਗੱਡੀ ਆਈ ਸੀਗੀ ਸਮਾਨ ਖਾ ਕੇ, ਸਰ ਗੱਡੀ ਛੱਡ ਕੇ ਮਤਲਬ ਸਮਾਨ ਚੱਲ ਗਏ ਸੀਗੇ, ਅਤੇ ਇੱਧਰ ਆਪਣੀ ਸਟੋਲ ਆ 11 ਨੰਬਰ, ਉਹ ਵੀ ਹਜੇ ਸੈਟਿੰਗ ਕਰਦੇ ਨੇਗੇ ਇੱਧਰ, ਅਤੇ ਇੱਧਰ ਆਪਣਾ ਉਹਦੇ ਤਿਆਰੀ ਹੋ ਰਹੀ ਆ, ਅਤੇ ਪਹਿਲਾਂ ਇਹਨਾਂ ਨੂੰ ਪਾਣੀ ਦੀ ਬੋਤਲ ਨੂੰ ਇੱਧਰ ਨੂੰ ਕਰ ਦਈਏ ਨਾ, ਪਾਣੀ ਦੀ ਬੋਤਲ ਆਪਾਂ ਵੇਚਣੀ ਨਹੀਂ ਹਜੇ, ਹਾਂ ਨਾ ਰੱਖਦੇ ਇਹ ਵੈਸੇ ਰੱਖਦੇ ਹਾਂ, ਹਾਂ ਇੱਧਰ ਨੂੰ ਕਰਤੀ, ਅਤੇ ਇੱਧਰ ਮਤਲਬ ਸੈਟਮੈਂਟ ਕਰਦੀ, ਫਿਰ ਤੁਹਾਨੂੰ ਦਿਖਾਉਂਦੇ ਹਾਂ, ਮਿਲਦੇ ਹਾਂ। ਯਾਰ ਮੈਂ ਤਾਂ ਪੁੱਛਣਾ, ਕਿੱਥੇ ਆ ਪੁੱਛਣਾ? ਵੈਰੀ ਗੁੱਡ, ਅਤੇ ਇੱਧਰ ਸਾਰੇ ਡੀ ਜੇ ਨੈਟ ਦੀ ਤਿਆਰੀ ਆ ਵੀ ਮਿੱਤਰੋ, ਕੰਮ ਹੋ ਰਿਹਾ ਪੂਰਾ, ਇੱਧਰ ਸਾਰਾ ਸਿਸਟਮ ਰੈਡੀ ਆ, ਅਤੇ ਬਸ ਸਜਾਵਟ ਲਈ ਗੁਬਾਰੇ ਗਬੂਰੇ ਰਹਿੰਦੇ ਆ ਉਹ ਲਿਆਉਣੇ ਆ ਹਜੇ, ਅਤੇ ਇੱਧਰ ਪਾਣੀ ਦੀਆਂ ਬੋਤਲਾਂ ਪਈਆਂ ਨੇ, ਸਾਰਾ ਕੁਛ ਟਿਕਾਈ ਆ ਸਮਾਨ,
ਕੰਮ ਔਖਾ ਵਾ ਵੈਸੇ, ਚਲੋ ਕੋਈ ਨੀ ਦੇਖਦੇ ਕੀ ਬਣਦਾ ਆ ਜਾਓ। ਤੇ ਫਸਟ ਟਾਈਮ ਕਰਨ ਲੱਗੇ ਆ ਜੀ ਏਦਾਂ ਦਾ ਪ੍ਰੋਗਰਾਮ, ਦੇਖਦੇ ਆ ਪਹਿਲੀ ਵਾਰ ਜ਼ਿੰਦਗੀ 'ਚ। ਤੇ ਇੱਧਰ ਸਾਰਾ ਸਿਸਟਮ ਰੈਡੀ ਆ ਮੇਰੇ ਵੀਰੋ, ਕਾਹਨੂੰ ਗੱਲਾਂ ਹੋਈਆਂ ਪਈਆਂ ਨੇ ਜੀ, ਸਟਾਲਾਂ ਖਰਚਾ ਵੀ ਆ ਗਿਆ ਆਪਣਾ ਕਾਫੀ ਆ ਗਿਆ। ਤੇ ਪਰ ਚਲੋ ਕੋਈ ਨੀ, ਉੱਧਰ ਵੀ ਹੈਗੀਆਂ, ਮੁਕਾਬਲਾ ਬਹੁਤ ਕਠਿਨ ਹੋਣ ਵਾਲਾ। ਚਲੋ ਕੋਈ ਨੀ, ਆਪਾਂ ਤਾਂ ਟਾਈਮ ਨਾਲ ਵਿਹਲੇ ਹੋ ਜਾਵਾਂਗੇ, ਕਿਉਂਕਿ ਆਪਾਂ ਤਾਂ ਸਮਾਨ ਵੀ ਨਾਲੇ ਜੈਨੂਅਲ ਜਿਹਾ ਵਾ, ਨਾਲੇ ਮਤਲਬ ਕਿ ਖੋ ਜੂਗਾ ਸਾਡਾ ਸਾਰਾ ਵਿਕ ਜੂਗਾ ਮੇ ਵੀ। ਚਲੋ ਮਿਲਦੇ ਬਈ, ਹੁਣ ਆਪਾਂ ਤਾਂ ਚੱਲੇ ਆ ਅਥਰ ਰਾਹ ਦੀਏ। ਕਿੱਥੇ ਇਹਦੇ ਉੱਤੇ ਰਾਹ ਦਾ? ਹਾਂ ਇਹ ਕੇਕ ਨੇ, ਇਹ ਹੋਮ ਮੇਡ ਆ ਨਾ ਸਾਰੇ? ਬਸ ਠੀਕ ਆ, ਆ ਵੀ ਹੋਮ ਮੇਡ ਕੇਕ ਆ ਜਾ ਵੀ ਆ ਰਾਹ। ਚੱਲ ਵੀ ਫਟਾਫਟ ਪਹੁੰਚੋ ਸਾਡੀ ਸਟਾਲ ਤੇ, ਠੀਕ ਆ? ਉੱਥੇ ਰਾਹ ਦਾ ਕੋਈ ਚੱਕਰ ਨਹੀਂ ਵੀਰੇ, ਕੇਕ ਨੇ ਇੱਥੇ ਇੱਧਰ ਆ ਦੇਣਾ, ਅਰੇ ਉਰੇ ਪਈਆਂ ਨੇ, ਠੀਕ ਆ? ਚੱਲ ਇਹਦੇ ਵਿੱਚ ਕੀ ਆ? ਸੌਸ ਆ, ਮੋਮੋਸ ਵਾਲੀ ਸੌਸ, ਇਹ ਵੀ ਨੀਚੇ ਰਾਹ ਦਾ? ਹਾਂ ਰੱਖਤੀ। ਚੱਲ ਵੀ ਸਜਾਵਟ ਲਈ ਸਮਾਨ ਲੈ ਕੇ ਫਿਰ ਮਿਲਦੇ ਆ ਅੱਗੇ ਜਾ ਕੇ ਆ ਜਾ ਵੀ ਮਿੱਤਰੋ, ਪ੍ਰੋਗਰਾਮ ਦੇਖੀ ਚਲੋ।
ਚੱਲ ਚੱਲ ਲਓ ਬਈ ਕੰਮ ਸਟਾਰਟ ਪੂਰਾ ਹੋਇਆ ਨੇ, ਕਾਹ ਤੋਂ ਗੱਲਾਂ ਹੋਈਆਂ ਨੇ ਲਿਆਓ ਜੀ ਲਿਆਓ, ਉੱਧਰ ਆਪਣਾ ਸਿੱਧੂ ਲਾਤਾ ਅਤੇ ਉੱਥੇ ਆਪਣਾ ਚੈਨਲ ਲੱਗਿਆ ਹੋਇਆ। ਹਾਂ ਬਾਈ ਸਾਰਾ ਕੁਛ ਸੈਟਅਪ ਤਿਆਰ ਹੈ ਇਹਨਾਂ ਦਾ, ਕੁਝ ਪਤੰਗ ਚੜ ਰਿਹਾ ਯੂਨੀਵਰਸਿਟੀ 'ਚ, ਕਾਈਟ ਫਲਾਇੰਗ ਕੰਪੀਟੀਸ਼ਨ ਹੋ ਰਿਹਾ ਵਾ। ਬਹੁਤ ਸਾਡੀ ਉਹ ਹੋ ਗਈ, ਇੱਧਰ ਬਾਈ ਜੀ ਖੜੇ ਨੇ ਆਪਣੇ, ਇਹ ਤੁਸੀਂ ਬੀਬੀ ਵਾਲੇ ਹੋ? ਹੈਂ ਬੀਬੀ ਵਾਲੇ ਹੋ? ਨਹੀਂ ਨਹੀਂ, ਹਾਂਜੀ ਮੈਂ OTAT ਵਾਲਾ, OTAT ਵਾਲਾ ਡਿਪਾਰਟਮੈਂਟ, ਅਤੇ ਉੱਧਰ ਆਪਣੇ ਚੈਨਲ ਦੀ ਪ੍ਰਮੋਸ਼ਨ ਲੱਗੀ ਆ ਅਰਸ਼ ਬਲੌਗ, ਹਾਂ ਕਰੋ ਫਿਰ ਸਬਸਕ੍ਰਾਈਬ। ਲਓ ਬਈ ਹੈ ਨਾ, ਇੱਧਰ ਭੈਣੇ ਹੁਣੀ ਲੱਗੀਆਂ ਹੋਈਆਂ ਨੇ ਬਣਾਉਣਾ ਆਪਣਾ ਹੌਟ ਡੋਗ, ਤਲ ਰਹੀਆਂ ਨੇ। ਨਹੀਂ ਆਹ ਵਾ ਕੀ ਸੀਗਾ ਇਹ? ਸਪਰਿੰਗ ਰੋਲ, ਇੱਧਰ ਸਪਰਿੰਗ ਰੋਲ ਬਣੇ ਪਏ ਨੇਗੇ, ਅਤੇ ਉੱਧਰ ਆਪਣਾ ਸਾਰੇ ਜਾਣੇ ਕਰ ਰਹੇ ਨੇਗੇ ਕੰਮ, ਘੈਂਟ ਹੋ ਰਿਹਾ ਇੱਧਰ ਹੋ ਰਿਹਾ ਵਾ। ਨਵੇਂ ਮਿੱਤਰੋ ਇੱਧਰ ਆਪਣਾ ਆ ਗਿਆ, ਇਹਨੇ ਹੈ ਨਾ ਸਾਡੇ ਤੋਂ ਕੁਛ ਨਹੀਂ ਖਰੀਦਿਆ ਹੈ, ਤਾਂ ਕਿਹਨੇ ਖਰੀਦਣ ਲਈ ਜਾਣਾ ਇਹਨੂੰ? ਪੇਮੈਂਟ ਕਰ। ਓ ਹੋ ਹੋ ਵਾਇਲਟ ਕੱਢ ਲਿਆ, ਕੀ ਆ ਕੀ ਲੈਣ ਲੱਗੇ? ਕੀ ਲੈਣ ਲੱਗੇ ਦੱਸ? ਮੈਂ ਦਿਖਾ ਰਿਹਾ ਸੀ, ਕੁਛ ਨਹੀਂ ਖਰੀਦ ਰਿਹਾ, ਡਿਪਾਰਟਮੈਂਟ ਦਾ। ਕਰਦੇ ਨਹੀਂ ਅਸੀਂ ਜਿੱਦਣ ਦੇ ਵਿਗੜੇ, ਕਿਆ ਬਾਤ ਹੈ। ਕੰਪੀਟੀਸ਼ਨ ਕਾਇਟ ਕੰਪੀਟੀਸ਼ਨ ਨਾਲ ਦੀ ਨਾਲ ਇੱਧਰ ਆਪਣਾ ਸਟਾਲ ਵਗੈਰਾ ਚੱਲ ਰਿਹਾ ਵਾ, ਪੂਰਾ ਘੈਂਟ ਕੰਮ ਹੋ ਗਿਆ।
ਆ ਰਹੇ ਆ ਗਈਆਂ ਬਈ ਹਨਾ, ਜਿਹਨਾਂ ਨੇ ਗਿਆ ਸੀਗਾ ਬਈ ਹਨਾ ਖਾਣ ਗਏ, ਉਹ ਆ ਗਏ ਨੇ ਗੇ। ਕੀ ਖਾਣਾ? ਮੋਮੋਸ। ਕਿਹਨੇ ਖਾਣੇ? ਸਾਰੇ ਖਾਣੇ। ਚੱਲ ਠੀਕ ਆ, ਤੋਂ ਦਿਨ ਲਓ ਬਈ ਮਿੱਤਰੋ, ਖਾਣ ਲੱਗ ਗਏ ਸਾਰੇ ਜਾਣੇ। ਹਾਂਜੀ ਵੀਰੇ, ਲਓ ਵੀ ਕੱਪ ਕੇਕ ਤਾਂ ਵਿਕ ਗਏ ਸਾਰੇ, ਥੋੜੇ ਜਿਹੇ ਮੋਮਸ ਰਹਿ ਗਏ ਬਸ, ਸਾਰਾ ਕੰਮ ਵਿਕੀ ਗਿਆ ਵੈਸੇ। ਓਹੋ ਹੋ ਬਾਈ ਜੀ, ਕੀ ਹਾਲ ਚਾਲ ਨੇ? ਠੀਕ ਹੋ ਜੀ? ਹੋਰ ਜੀ ਠੀਕ? ਕੱਪ ਕੇਕ ਖਾਓ। ਵੀਸ਼ਵ ਕਿਵੇਂ ਗਈ ਆਪਣੀ ਅੱਜ ਦੀ? ਸਫਲ ਹੋ ਗਈ? ਸਫਲ ਹੋ ਗਿਆ, ਸਫਲ ਹੋ ਗਿਆ। ਨੈਕਸਟ ਟਾਈਮ ਕੱਲਾ ਵੀਸ਼ਵ ਲਾਊਗਾ ਤੇ ਸਾਰਾ ਆਪਣਾ ਸਮਾਨ ਲੱਗ ਚੁੱਕਿਆ ਮੇਰੇ ਵੀਰੋ, ਕਾਹਨੂੰ ਗੱਲਾਂ ਹੋਈਆਂ ਪਈਆਂ ਨੇ। ਹੁਣ ਖਾ ਰਿਹਾ ਮੈਂ ਇਹ, ਮੈਂ ਵੀ ਖਾ ਲਾ। ਚੱਲ ਮੈਂ ਵੀ ਖਾਣਾ ਫਿਰ, ਦੋ ਮਿੰਟ ਦੋ ਮਿੰਟ ਰੁਕੋ, ਦੋ ਮਿੰਟ ਮੈਂ ਵੀ ਖਾ ਕੇ ਦੇਖਦਾ ਇਹਨੂੰ ਲਿਆ ਦੇ। ਉਹ ਗਰਮ ਬੜਾ ਹੈ ਤਾਂ ਹੁਣ ਅਸੀਂ ਆਪਦੇ ਮੋਮੋਸ ਆਪ ਖਾ ਕੇ ਦੇਖਦੇ ਹਾਂ, ਪਹਿਲਾਂ ਸਰਵ ਕਰੇ ਲੋਕਾਂ ਨੂੰ। ਗਰਮ ਬਹੁਤ ਆ ਯਾਰ, ਪਾਣੀ ਕੋਈ ਚੱਕਰ ਨਹੀਂ ਬਾਜੀ। ਲਓ ਮਿੱਤਰੋ ਸਮਾਨ ਮੁੱਕ ਗਿਆ, ਹੁਣ ਅਸੀਂ ਆਪ ਖਾਣ ਲੱਗੇ ਹਾਂ ਅਤੇ ਉਸ ਤੋਂ ਬਾਅਦ ਡੀ ਜੇ ਨਾਈਟ ਦਾ ਤੁਹਾਨੂੰ ਵਿਊ ਦਿਖਾਵਾਂ, ਕਰੋ ਇੰਜੋਏ ਮੇਰੇ। ਕਾਹਨੂੰ ਗੱਲਾਂ ਹੋਈਆਂ ਪਈਆਂ ਨੇ? ਹੁਣ ਸਾਡਾ ਤਾਂ ਕੰਮ ਖਤਮ ਹੋ ਗਿਆ, ਹੁਣ ਅਸੀਂ ਦੂਜਿਆਂ ਦੇ ਸਟਾਲਾਂ 'ਤੇ ਜਾ ਕੇ ਖਾ ਕੇ ਚੈੱਕ ਕਰਦੇ ਹਾਂ ਕੀ ਬਣਦਾ ਮਾਹੌਲ, ਚੱਲ ਦੇਖਦੇ ਹਾਂ ਫਿਰ ਤੁਹਾਨੂੰ ਰਾਤ ਦਾ ਵਿਊ ਦਿਖਾਉਂਦੇ ਹਾਂ। ਲਓ ਵੀ ਹੁਣ ਆਪਾਂ ਆਏ ਸੀ ਆ ਕੇਕ ਵਗੈਰਾ ਖਾਣ। ਲਓ ਵੀ ਮਿੱਤਰੋ ਹੁਣ ਡੀ ਜੇ ਨਾਈਟ ਸ਼ੁਰੂ ਹੋਣ ਲੱਗੀ ਆ, ਦੇਖ ਲਓ ਇਕੱਠ, ਦੇਖੋ ਰਸ਼। ਡਿਗਰੀ ਸਾਰੇ ਅਸੀਂ ਬੋਲੀਏ।
ਧੱਕਾ ਹੀ ਮਾਰਿਆ ਬੱਚੇ ਨੂੰ।